ਮੋਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਸੋਹਾਣਾ ਜੋ ਕਿ ਲੀਵਰ ਫੈਟ ਦੇ MD ਵੀ ਰਹੇ ਨੇ, ਚੋਣਾਂ ਸੰਬੰਧੀ ਆਓ ਕਰਦੇ ਹਾਂ ਉਹਨਾਂ ਨਾਲ ਵਿਸ਼ੇਸ਼ ਗੱਲਬਾਤ। ਦੇਖੋ ਤੁਹਾਡੇ ਸਾਹਮਣੇ ਹੀ ਹੈ, ਅੱਜ ਸਾਡੀ ਬਾਰ ਐਸੋਸੀਏਸ਼ਨ ਵੱਲੋਂ ਇੱਥੇ ਬੜਾ ਮਾਣ ਸਨਮਾਨ ਮਿਲਿਆ ਔਰ ਇਸ ਤਰ੍ਹਾਂ ਹੀ ਹਰੇਕ ਪਿੰਡ ਦੇ ਵਿੱਚ, ਹਰੇਕ ਸ਼ਹਿਰ ਦੇ ਵਾਰਡ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਇੱਕ ਲਹਿਰ ਚੱਲ ਰਹੀ ਹੈ, ਕਿਉਂਕਿ ਪਿਛਲੇ ਜਦੋਂ 10 ਸਾਲ ਸਰਕਾਰ ਸੀਗੀ 2007-17 ਤੱਕ, ਤਾਂ ਉਸ ਸਮੇਂ ਬਹੁਤ ਵਿਕਾਸ ਕਾਰਜ ਹੋਏ, ਖਾਸਕਰ ਮੋਹਾਲੀ ਸ਼ਹਿਰ ਦੀ ਜਿੰਨੀ ਵੀ ਨਕਸ਼ ਨੁਹਾਰ ਚੇਂਜ ਹੋਈ ਹੈ ਉਹ ਸਰਕਾਰ ਦੌਰਾਨ ਹੋਈ ਔਰ ਇੰਟਰਨੈਸ਼ਨਲ ਏਅਰਪੋਰਟ ਤੋਂ ਲੈ ਕੇ ਜਿੰਨੀਆਂ ਵੀ ਇੱਥੇ ਇਹ ਭਾਵੇਂ ਕੋਰਟ ਕੰਪਲੈਕਸ ਜਿੰਨੀਆਂ ਵੀ ਅੱਜ ਤੱਕ ਚੀਜ਼ਾਂ ਆਈਆਂ ਜਾਂ ਉਹ ਇੱਥੇ ਬਣੀਆਂ ਜੋ ਵੀ, ਉਹ ਸਾਰਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਹੋਇਆ, ਸੋ ਅੱਜ ਲੋਕ ਯਾਦ ਕਰ ਰਹੇ ਹਨ। ਤੁਸੀਂ ਕਿਹਾ ਜੀ ਅਕਾਲੀ ਦਲ ਦੀ ਸਰਕਾਰ 'ਚ ਵਿਕਾਸ ਹੋਇਆ, ਪਰ ਜਿਹੜੇ ਮੌਜੂਦਾ MLA ਨੇ ਉਹ ਵੋਟਾਂ ਹੀ ਵਿਕਾਸ ਦੇ ਨਾਂ 'ਤੇ ਲੜ ਰਹੇ ਨੇ ਕਿ ਅਸੀਂ ਜੇ ਵਿਕਾਸ ਹੋਇਆ ਤਾਂ ਕਾਂਗਰਸ ਸਰਕਾਰ ਦੇ ਵਿੱਚ ਹੋਇਆ। ਦੇਖੋ ਉਹ ਹੈਲਥ ਮਿਨਿਸਟਰ ਰਹੇ ਆ, ਤੁਸੀਂ ਪਿੰਡਾਂ ਦੇ ਵਿੱਚ ਚਲੇ ਜਾਓ, ਸ਼ਹਿਰ ਦੇ ਵਿੱਚ ਚਲੇ ਜਾਓ, ਇਹ ਪੁੱਛੋ ਉਹਨਾਂ ਨੂੰ ਵੀ ਕਿੰਨੀਆਂ ਡਿਸਪੈਂਸਰੀਆਂ ਉਹਨਾਂ ਨੇ ਬਣਾਈਆਂ, ਕਿੰਨੇ ਉਹਨਾਂ ਨੇ MBBS ਡਾਕਟਰ ਲਾਏ ਉਹਨਾਂ ਡਿਸਪੈਂਸਰੀਆਂ 'ਚ, ਕਿੰਨੇ ਮੁਹੱਲਾ ਕਲੀਨਿਕ ਖੋਲ੍ਹੇ, ਕਿੰਨੇ ਪਿੰਡ ਪੱਧਰ 'ਤੇ ਕਲੀਨਿਕ ਖੋਲ੍ਹੇ, ਕੋਈ ਆਊਟਪੁੱਟ ਨਹੀਂ, ਨਿਲ। ਕਿਸੇ ਬੰਦੇ ਨੂੰ, ਮੁੰਡੇ ਨੂੰ, ਸਾਡੇ ਨੌਜਵਾਨ ਭਰਾ ਨੂੰ ਰੁਜ਼ਗਾਰ ਨਹੀਂ ਮਿਲਿਆ, ਉਹ ਨਿਲ। ਜੇ ਇਹਨਾਂ ਨੇ ਕਿਹਾ ਸੀਗਾ ਵੀ ਜਿਹੜੇ ਨੌਜਵਾਨ ਹੈ ਸਾਡੇ ਉਹਨਾਂ ਨੂੰ ਲੈਪਟਾਪ ਦੇਵਾਂਗੇ, ਉਹ ਵੀ ਨਿਲ। ਫਿਰ ਕਿਹਾ ਸੀ ਮੋਬਾਈਲ ਫੋਨ ਦੇਵਾਂਗੇ, ਉਹ ਵੀ ਕੁਝ ਨਹੀਂ, ਅਤੇ ਬੁਢਾਪਾ ਪੈਨਸ਼ਨ ਕਿਹਾ ਸੀਗਾ ਵੀ 1000 ਚ ਕਰਾਂਗੇ, ਉਹ ਵੀ ਨਹੀਂ। ਸੋ ਇੱਕ ਵਾਅਦਾ ਮੁਨਕਰ ਇਹ ਸਰਕਾਰ ਰਹੀ ਹੈ ਔਰ ਵਾਅਦਾ ਖਿਲਾਫੀ ਪੰਜਾਬ ਦੇ ਲੋਕਾਂ ਦੇ ਨਾਲ ਕੀਤੀ ਹੈ, ਜਿਸ ਦਾ ਜਵਾਬ ਆਉਣ ਵਾਲੀ ਜਿਹੜੀ ਚੋਣ ਹੈ 20 ਤਰੀਕ ਨੂੰ ਉਸ ਦੇਣਗੇ ਲੋਕ। ਤੁਹਾਡੇ ਕੀ ਮੁੱਦੇ ਰਹਿਣਗੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ? ਦੇਖੋ ਸਭ ਤੋਂ ਪਹਿਲਾਂ ਅਸੀਂ ਹੈਲਥ, ਫਿਰ ਐਜੂਕੇਸ਼ਨ ਔਰ ਰੁਜ਼ਗਾਰ, ਉਹਦੇ ਲਈ ਅਸੀਂ ਇੱਕ ਇੰਡਸਟਰੀ ਇੱਥੇ ਵੱਡੇ ਪੱਧਰ 'ਤੇ ਮੋਹਾਲੀ ਦੇ ਵਿੱਚ ਲੈ ਕੇ ਆਵਾਂਗੇ, ਕਿਉਂਕਿ ਇੰਟਰਨੈਸ਼ਨਲ ਏਅਰਪੋਰਟ ਇੱਥੇ ਹੈ। ਜਦੋਂ ਇੰਟਰਨੈਸ਼ਨਲ ਏਅਰਪੋਰਟ ਦੇ ਨਾਲ ਇੰਡਸਟਰੀ ਆ ਸਕਦੀ ਹੈ, ਕਿਸੇ ਨੇ ਅੱਜ ਤੱਕ ਉਹਦੇ ਬਾਰੇ ਸੋਚਿਆ ਹੀ ਨਹੀਂ, ਕਿਉਂਕਿ ਇਹਨਾਂ ਦਾ ਵਿਜ਼ਨ ਨਹੀਂ ਸੀ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਵਿਜ਼ਨ ਹੈ ਕਿ ਮੈਂ ਇਸ ਹਲਕੇ ਨੂੰ ਭਾਰਤ ਦੇ ਨਮੂਨੇ 'ਤੇ ਲੈ ਕੇ ਆਉਣਾ, ਭਾਰਤ ਨਹੀਂ ਵਰਲਡ 'ਤੇ ਲੈ ਕੇ ਆਉਣਾ, ਕਿ ਮੋਹਾਲੀ ਨੂੰ ਲੋਕ ਮੰਨਣ। ਹਾਂ, ਮੋਹਾਲੀ ਕਾਂਗਰਸ ਮੋਹਾਲੀ ਨੂੰ IT ਹੱਬ ਵਜੋਂ ਪੇਸ਼ ਕਰ ਰਹੀ ਹੈ ਕਿ ਅਸੀਂ ਆਉਣ ਵਾਲੇ ਸਮੇਂ 'ਚ ਇਹਨੂੰ IT ਹੱਬ ਲੈ ਕੇ ਆਉਣਾ। ਆਉਣ ਵਾਲੇ ਸਮੇਂ 'ਚ ਕਿਵੇਂ ਲੈ ਕੇ ਆਉਣਗੇ? ਹੁਣ ਤਾਂ ਸਰਕਾਰ ਹੀ ਨਹੀਂ ਆਉਣੀ, ਬਲਬੀਰ ਸਿੰਘ ਸਿੱਧੂ ਨੇ ਜਿੱਤਣਾ ਨਹੀਂ, ਸਰਕਾਰ ਇਹਨਾਂ ਦੀ ਬਣਨੀ ਨਹੀਂ, ਸਰਕਾਰ ਲੋਕ ਤੈਅ ਹੋ ਗਿਆ ਵੀ ਅਕਾਲੀ ਦਲ ਦੀ ਬਣਨ ਜਾ ਰਹੀ ਹੈ, ਠੀਕ ਹੈ ਨਾ, ਸਾਡੀ ਅਲਾਇੰਸ ਬਹੁਜਨ ਸਮਾਜ ਪਾਰਟੀ ਨਾਲ, ਔਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਬਣਨ ਜਾ ਰਹੇ ਹੈ, ਇਹ ਖਿਆਲ ਹੁਣ ਮਨ 'ਚੋਂ ਕੱਢਦੇ ਨੇ, ਅਸੀਂ ਕਰਾਂਗੇ, ਜੋ ਕਰਿਆ ਉਹ ਦੱਸਣ, ਕਰਾਂਗੇ ਨਹੀਂ ਕਰਾਂਗੇ ਤਾਂ ਹੁਣ ਸ਼ਬਦ ਹੀ ਖਤਮ ਕਰ ਲੈਣਾ। ਆਪ ਬਾਰੇ ਤੁਹਾਡਾ ਕੀ ਖਿਆਲ, ਕੀ ਕਹਿਣਾ? ਦੇਖੋ ਆਪ ਵਾਲੇ ਬਾਹਰੋਂ ਆ ਕੇ ਇੱਥੇ ਗਰੰਟੀਆਂ ਦੇ ਰਹੇ ਹੈ ਵੀ ਰਾਘਵ ਚੱਡਾ ਜੀ ਉਹਨਾਂ ਦੀ ਅਗਵਾਈ ਕਰ ਰਹੇ ਹੈ। ਅੱਜ ਪੰਜਾਬ ਦੇ ਵਿੱਚ ਕੋਈ ਲੀਡਰ ਨਹੀਂ ਮਿਲਿਆ ਜਿਹੜਾ ਅਗਵਾਈ ਕਰ ਸਕੇ ਪੰਜਾਬੀ, ਠੀਕ ਹੈ ਨਾ। ਅੱਜ ਪੰਜਾਬ 'ਚ ਬਾਹਰੋਂ ਗਰੰਟੀਆਂ ਦੇਣ ਆ ਰਹੇ ਹੈ, ਗਰੰਟੀਆਂ ਕੌਣ ਦਿੰਦਾ ਹੁੰਦਾ, ਠੀਕ ਹੈ ਨਾ, ਜਿਹੜਾ ਜਿਹੜੇ ਨੂੰ ਕੰਮ ਨਾ ਕਰਨਾ ਹੋਵੇ, ਠੀਕ ਹੈ ਨਾ। ਬਾਕੀ ਉੱਥੇ ਔਰ ਇੱਥੇ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ, ਦਿੱਲੀ ਇੱਕ UT ਹੈ ਚੰਡੀਗੜ੍ਹ ਦੀ ਤਰ੍ਹਾਂ, ਠੀਕ ਹੈ ਨਾ। ਇਹ ਇੱਥੇ ਪਿੰਡ ਹੈ, ਪਿੰਡਾਂ ਦੀ ਬੱਸੋਂ ਹੈ, ਪਿੰਡਾਂ ਵਾਸਤੇ ਕੀ ਪਲਾਨ ਹੈ ਉਹਨਾਂ ਦਾ ਦੱਸੋ ਮੈਨੂੰ, ਕੁਛ ਵੀ ਨਹੀਂ। ਇਹ ਹੈ ਸੋਚਣ ਦੀ ਗੱਲ ਹੈ, ਪੰਜਾਬੀਆਂ ਦੀ ਇੱਕੋ ਇੱਕ ਪਾਰਟੀ ਹੈ ਔਰ ਖੇਤਰੀ ਪਾਰਟੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਦਾ ਦਿਲ ਔਰ ਦਿਮਾਗ ਪੰਜਾਬ ਹੈ, ਉਹਨਾਂ ਦਾ ਦਿਲ ਕਿਤੇ ਹੋਰ ਹੈ, ਦਿਮਾਗ ਕਿਤੇ ਹੋਰ ਹੈ। ਸੋ ਇਸ ਕਰਕੇ ਬਾਹਰੀ ਤਾਕਤਾਂ ਨੂੰ ਐਤਕੀ ਮੂੰਹ ਤੋੜਵਾਂ ਜਵਾਬ ਮਿਲੇਗਾ।